नमस्कार दोस्तों, अमेजिंग एंटरटेनमेंट पर एक बार फिर से स्वागत है। साथियों नमस्कार, मैं आप सभी लोगों के सामने एक न्यूज आई है जो न्यूज़पेपर से कटिंग है, उसको मैं आप लोगों के सामने बताने जा रहा हूं। तो साथियों, जैसे कि आप लोग स्क्रीन पर देख पा रहे होंगे, उपभोक्ता फोरम ने सुनाया फैसला, 9 साल बाद भी नहीं मिला प्लॉट, अब ब्याज सहित देना होगा मूलधन। साथियों ये पत्रिका न्यूज नेटवर्क के छापा गया है और ये साथियों ये जो न्यूज है ये भोपाल की है। तो चलिए साथियों जानते हैं क्या लिखा हुआ है इसमें। तो साथियों इसमें लिखा हुआ है, देख सकते हैं आप भी, मालवीय नगर में लंबे समय तक कारोबार करने वाली PACL कंपनी के सस्ते प्लॉट के लुभावने विज्ञापन देकर आम लोगों को ग्राहक तो बना लिया, लेकिन आज तक प्लॉट नहीं मिला। 2010 में कम कीमत पर पल्स रॉयल गार्डन में फार्म हाउस सह प्लॉट बुक करने वाले कल्पना नगर निवासी सतीश पांडे आत्मज हरिनाथ पांडे को आज दिनांक तक न तो फार्म हाउस प्लॉट नसीब हुआ है और न ही इसके लिए जमा किया गया 3,30,000 रुपए मिला हुआ है। यहाँ तक कि इसका ब्याज भी नहीं मिला। बार बार संपर्क करने पर जवाब भी नहीं मिला। काफी दिनों तक मालवीय नगर के न्यू मार्केट व MP नगर में कार्यालय खोलकर यह कंपनी व्यवसाय करती रही, लेकिन बाद में कई ग्राहकों के पैसे लेकर गायब हो गई। कंपनी का दिल्ली में भी कार्यालय है। सतीश ने दिल्ली ऑफिस में भी जमा पैसे लौटाने अथवा वादे के अनुसार प्लॉट फार्म हाउस देने के लिए संपर्क किया, लेकिन उन्हें पैसा व फ्लॉट नहीं मिला। और साथियों अब चुकाना होगा 14% ब्याज। अब यहाँ पर साथियों आप देख सकते हैं, उपभोक्ता फोरम के अध्यक्ष RK भावे, सदस्य सुनील श्रीवास्तव व क्षमा छोरे की बेंच ने मामले की सुनवाई की। 4 साल तक के चले इस प्रकरण में फोरम ने आदेश दिया है कि PACL कंपनी के खाते में ग्राहकों द्वारा जमा किए गए 3,30,000 रुपए 2 महीने के भीतर जमा दिनांक 14% ब्याज दर से लौटाया जाए। तो साथियों ये था आज का न्यूज, और साथियों इस वीडियो को करिएगा लाइक और करिएगा शेयर। चलिए साथियों मिलते हैं अगले वीडियो में कुछ और नई जानकारी के साथ। तब तक के लिए जय हिंद जय भारत। सब्सक्राइब कीजिए हमारे चैनल को और बेल आइकन को भी दबाएं ताकि PACL और अन्य चीट फंड कंपनियों की जानकारी सबसे पहले पाएं। ਉਹਦੇ ਬੰਦਿਆਂ ਦਾ ਕਰਜ਼ਾ 5 ਕੋਲੇ ਚ 200 ਕਿੱਲਾ ਜ਼ਮੀਨ ਦਾ ਪਰ ਕੰਪਨੀ ਦਾ, ਉੱਥੋਂ ਇੱਕ ਲੇਡੀਜ਼ ਭਾਜਪਾ ਦੀ MLA ਉਹਦੇ ਘਰ ਵਾਲੇ ਦਾ ਕਰਜ਼ਾ, ਜਦੋਂ ਇਹ ਕਰਜ਼ੇ ਟੁੱਟਣਗੇ ਤਾਂ ਹੀ ਲੋਕਾਂ ਦੇ ਪੈਸੇ ਮਿਲਣਗੇ। ਜਦੋਂ ਅਸੀਂ ਉੱਥੇ ਜਾ ਕੇ ਲੜਦੇ ਹਾਂ, ਉੱਥੇ ਮੋਰਚਾ ਲਾਉਂਦੇ ਹਾਂ, ਰੋਡ ਜਾਮ ਕਰਦੇ ਹਾਂ, ਰੇਲਾਂ ਰੋਕਦੇ ਹਾਂ ਤੇ ਕਰਜ਼ੇ ਪਾਏ ਜਾਂਦੇ ਆ। ਦੁੱਖ ਦੀ ਗੱਲ ਹੈ ਕਿ ਆਪਣੇ ਕੋਲੇ ਪਾਵਰ ਵੀ ਨਹੀਂ, ਕਿਉਂਕਿ ਲੋਕ ਲੜਨ ਵਾਲੇ ਨਹੀਂ ਹੁੰਦੇ, ਕਿਉਂਕਿ ਲੋਕ ਸਬਰ ਕਰ ਲੈਂਦੇ ਨੇ। 47 ਤੋਂ ਲੈ ਕੇ ਹੁਣ ਤੱਕ ਅਨੇਕਾਂ ਕੰਪਨੀਆਂ ਆਈਆਂ, ਲੋਕਾਂ ਦੇ ਪੈਸੇ ਲੈ ਕੇ ਭੱਜਦੀਆਂ, ਪਰ ਪਹਿਲੀ ਇੱਕ ਜਥੇਬੰਦੀ ਉੱਠੀ, ਉਹਨਾਂ ਨੇ ਆਵਾਜ਼ ਬੁਲੰਦ ਕਰੀ ਤੇ ਤੁਹਾਡੇ ਪਿੰਡ ਦੇ ਇਸ ਨਮਾਣੇ ਦੇ ਬੰਦੇ ਨੂੰ ਉਹਨਾਂ ਨੇ ਮਾਨ ਦਿੱਤਾ, ਮੂਹਰੇ ਲਾਇਆ। ਮੈਂ ਤੁਹਾਡੀ ਇੱਕ ਕਚਹਿਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਕਹਿਣਾ ਕਿ ਮੈਂ ਆਪਦਾ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਲੜਾਈ ਨੂੰ ਲੜਿਆ, ਅੱਗੇ ਵੀ ਲੜਾਂਗੇ। ਅੱਜ ਇੱਕ ਹੁਕਮ ਹੋਇਆ ਪਾਰਟੀ ਵੱਲੋਂ, ਸੰਗਰੂਰ ਤੋਂ ਆਪਾਂ ਨੂੰ ਲੜਾਇਆ ਜਾ ਰਿਹਾ। ਮੈਂ ਨੀ ਕਹਿੰਦਾ ਮਹਿੰਦਰਪਾਲ ਸਿੰਘ ਨੂੰ ਲੜਾਇਆ ਜਾ ਰਿਹਾ, ਦਾਨਗੜ੍ਹ ਨੂੰ ਲੜਾਇਆ ਜਾ ਰਿਹਾ, ਦਾਨਗੜ੍ਹ ਪਿੰਡ ਨੂੰ ਲੜਾਇਆ ਜਾ ਰਿਹਾ। ਮੈਂ ਇੱਕੋ ਬੇਨਤੀ ਕਰਨਾ ਆ, ਕਚਹਿਰੀ ਸਾਰੇ ਘਰ ਘਰ ਵੀ ਜਿੱਥੇ ਰਹਿ ਗਏ ਉੱਥੇ ਵੀ ਜਾਵਾਂਗੇ ਕਿ ਇਹ ਚੋਣ ਤੁਸੀਂ ਲੜੋ। ਜਿੱਤ ਹਾਰ ਇੱਕ ਅਲੱਗ ਗੱਲ ਆ, ਜਿੱਤਾਂ ਹਾਰਾਂ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਫੇਰੀਆਂ ਦੇਣ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਪਰ ਆਪਾਂ ਜੱਦੋ ਜਹਿਦ ਕਰਨੀ ਹੈ। ਮੇਰਾ ਪਿੰਡ ਦੇ ਹਰ ਵਸਨੀਕ ਦੀ
ਦੂਰ ਦੂਰ ਤੱਕ ਰਿਸ਼ਤੇਦਾਰੀ ਆ, ਕਹਾਂ ਰਿਸ਼ਤੇਦਾਰਾਂ ਦੀ ਵੀ ਰਿਸ਼ਤੇਦਾਰੀ ਆ। ਇਹ ਚੋਣ ਪਿੰਡ ਦਾਨਗੜ੍ਹ ਲੜੇ ਕਿ ਮੈਂ ਨਹੀਂ ਕਹੂੰਗਾ, ਮਰ ਜੂੰਗਾ, ਝੁਕਦਾ ਨਹੀਂ, ਰੁਕਦਾ ਨਹੀਂ ਤੇ ਡਿੱਗਦਾ। ਅੱਜ ਇੱਕ ਕੰਪਨੀ ਦਾ ਠਾਕਾ ਪੰਦਰ ਕਰਾਇਆ, ਹਜੇ ਸੈਂਕੜੇ ਠਾਕੋ ਬਾਹਰ ਤੁਰੇ ਫਿਰਦੇ ਆ, ਜਿਹੜੇ ਕ੍ਰਿਮੀਨਲ ਲੋਕਾਂ ਨਾਲ ਸਮਝੌਤਾ ਕਰਦੇ ਆ। ਉਹ ਕੱਲਾ ਕੱਲਾ ਠਾਕਾ ਆਪਾਂ ਅੰਦਰ ਕਰਾਉਣਾ, ਜੇ ਆਪਣੇ ਹੱਥ ਚ ਪਾਵਰ ਆ ਗਈ ਤਾਂ ਮੈਂ ਇੱਕ ਗੱਲ ਕਹੂੰਗਾ, ਇੰਨਾ ਕੁ ਮੇਰੇ ਪਿੰਡ ਦੀ ਧਰਤੀ ਨੇ, ਮੇਰੇ ਪਿੰਡ ਦੇ ਜਿਹੜੇ ਮੇਰੇ ਵੱਡੇ ਵਡੇਰਿਆਂ ਦੇ ਆਸ਼ੀਰਵਾਦ ਆ, ਦਮ ਰੱਖਦੇ ਆ ਆਪਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਤੇ ਹੱਥ ਆ ਕਿ ਧੌਣ ਤੋਂ ਬਚ ਕੇ ਅੰਦਰ ਲੈ ਜਾਂਗੇ। ਕਿਉਂਕਿ ਇੱਕੋ ਹੀ ਚੀਜ਼ ਸਿੱਖੀ ਆ ਕਿ ਮਰਨਾ ਇੱਕ ਦਿਨ ਹੈ ਪਰਿਵਾਰ ਦੀ, ਤੇ ਉਹ ਮੌਤ ਆਪਾਂ ਹਮੇਸ਼ਾ ਯਾਦ ਰੱਖਦੇ ਹਾਂ। ਤੇ ਮੈਂ ਆਪਣੇ ਪਿੰਡ ਨੂੰ ਫਿਰ ਵਿਸ਼ਵਾਸ ਦੇਣਾ, ਤੁਹਾਡਾ ਸਿਰ ਨਾ ਝੁਕਣ ਨਹੀਂ ਦੇਊਂਗਾ, ਆਪਦਾ ਸਿਰ ਚਾਹੇ ਕਟਾਉਣਾ ਪੈ ਜਾਵੇ। ਅੱਜ ਇਹੀ ਬੇਨਤੀ ਕਰਦਾ ਕਿ ਇਹ ਚੋਣ ਤੁਸੀਂ ਲੜੋ, ਹਰ ਰਿਸ਼ਤੇਦਾਰੀ ਚ ਜਾਂ ਰਿਸ਼ਤੇਦਾਰੀਆਂ ਚ ਜਾ ਕੇ ਪਹੁੰਚ ਕਰੋ, ਤਾਂ ਕਿ ਆਪਾਂ ਇਹ ਲੜਾਈ ਜਿੱਤ ਕੇ ਲੋਕਾਂ ਦਾ ਫਾਇਦਾ ਕਰ ਸਕੀਏ, ਨਾਲ ਆਪਦੇ ਪਿੰਡ ਦਾ ਨਾਮ ਉੱਚਾ ਕਰ ਸਕੀਏ। ਇੰਨੀਆਂ ਬੇਨਤੀਆਂ ਕਰਦਾ ਹੋਇਆ ਕਿ ਮਾਤਾ ਜਾਤੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮਹਿੰਦਰਪਾਲ ਸਿੰਘ ਦਾਨਗੜ੍ਹ, ਪ੍ਰੈਜੀਡੈਂਟ ਭਾਰਤੀ ਲੋਕ ਸੇਵਾ ਦਲ। ਇਹ ਜੀ ਜਿਹੜੀ ਸਾਡਾ ਜਥੇਬੰਦਕ ਢਾਂਚਾ, ਇਹ 4.5 ਸਾਲ ਤੋਂ ਬਣਿਆ ਹੋਇਆ, ਅਸੀਂ ਲੋਕਾਂ ਲਈ, ਲੋਕਾਂ ਦੀਆਂ ਪ੍ਰੋਬਲਮ ਲਈ ਲੜਦੇ ਆ ਰਹੇ ਹਾਂ। ਸਾਰੀ ਪੋਲੀਟੀਕਲ ਪਾਰਟੀਜ਼ ਔਰ ਲੀਡਰ ਸਾਹਿਬਾਨ ਤੱਕ, ਇੱਥੇ ਤੱਕ ਕਿ ਸਟੇਟ ਦੇ CM ਔਰ ਨੈਸ਼ਨਲ ਜਿਹੜੇ ਹਮਾਰੇ ਦੇਸ਼ ਦੇ ਫਾਈਨਾਂਸ ਮਿਨਿਸਟਰ ਨੇ, ਉਹਨਾਂ ਤੱਕ ਲੋਕਾਂ ਦੇ ਮੁੱਦੇ ਲੈ ਕੇ ਗਏ, ਪਰ ਕਿਸੇ ਨੇ ਨਹੀਂ ਸੁਣੀ। ਅਤੇ ਅਖੀਰ ਅਸੀਂ 25 ਨਵੰਬਰ ਨੂੰ ਜੰਤਰ ਮੰਤਰ ਦਿੱਲੀ ਤੋਂ ਦੇਸ਼ ਦੀ 1 ਲੱਖ ਜਨਤਾ ਦੀ ਹਾਜ਼ਰੀ 'ਚ ਇਸ ਪਾਰਟੀ ਦਾ ਅਨਾਊਂਸ ਕੀਤਾ ਜਾਂ ਗਠਨ ਕੀਤਾ। ਅਤੇ ਹੁਣ ਅਸੀਂ 50+ ਸੀਟਾਂ ਪੂਰੇ ਦੇਸ਼ 'ਚ ਲੜ ਰਹੇ ਹਾਂ, ਪੰਜਾਬ, UP, ਬਿਹਾਰ, ਝਾਰਖੰਡ, ਮਹਾਰਾਸ਼ਟਰ ਵਗੈਰਾ 'ਚ। ਅਸੀਂ 13 ਦੀਆਂ 13 'ਤੇ ਲੜਨ ਜਾ ਰਹੇ ਹਾਂ, ਪਰ ਫਿਲਹਾਲ ਜੋ ਅਸੀਂ ਅੱਜ ਕੈਂਡੀਡੇਟ ਸਾਡੇ ਅਨਾਊਂਸ ਹੋਏ ਆ, ਸਾਡੀ 7-ਮੈਂਬਰੀ ਕਮੇਟੀ ਨੇ ਫੈਸਲਾ ਲਿਆ, ਜਿਹੜੀ ਕੰਪੇਨ ਕਮੇਟੀ ਆ ਉਹਨੇ 6 ਕੈਂਡੀਡੇਟਾਂ ਦਾ ਅਨਾਊਂਸ ਕੀਤਾ। ਆਨੰਦਪੁਰ ਸਾਹਿਬ ਤੋਂ ਸਰਦਾਰ ਜੋਤ ਸਿੰਘ ਥਾਂਦੀ, ਰਿਟਾਇਰਡ ਪੰਚਾਇਤ ਆਫਿਸਰ। ਫਤਿਹਗੜ੍ਹ ਸਾਹਿਬ ਤੋਂ ਸੁਰਜੀਤ ਸਿੰਘ ਜੀ ਕੰਗ, ਸੰਗਰੂਰ ਤੋਂ ਦਾਸ, ਮਹਿੰਦਰਪਾਲ ਸਿੰਘ ਖੁਦ ਲੜੂੰਗਾ ਮੈਂ, ਪਾਰਟੀ ਵੱਲੋਂ ਹੁਕਮ ਹੋਇਆ। ਅਤੇ ਬਠਿੰਡੇ ਤੋਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਫਰੀਦਕੋਟ ਤੋਂ ਭੋਲਾ ਸਿੰਘ ਜੀ ਖਾਲਸਾ ਚੰਦਭਾਨ, ਔਰ ਫਿਰੋਜ਼ਪੁਰ ਤੋਂ ਸੁਖਜੀਤ ਸਿੰਘ ਭੁੱਲਰ, ਇਹ ਸਾਡੇ 6 ਕੈਂਡੀਡੇਟ ਅੱਜ ਅਨਾਊਂਸ ਹੋਏ ਆ। ਦੇਖੋ ਜੀ, ਅੱਜ ਮੁੱਦੇ ਹੀ ਮੁੱਦੇ ਨੇ, ਪੀੜਾ ਹੀ ਪੀੜਾ, ਜਿੱਧਰ ਨੂੰ ਵੀ ਤੁਸੀਂ ਰੋਡ ਤੇ ਨਿਕਲੋ, ਕਿਤੇ ਵੀ ਕਿਤੇ ਵਗ ਜਾਓ, ਲੋਕ ਪੀੜਾ ਨੇ। ਜਿਹੜੇ ਸਾਡੇ ਖਾਸ ਮੁੱਦੇ, ਸਭ ਤੋਂ ਪਹਿਲਾ ਮੁੱਦਾ ਹੈਗਾ ਜੋ ਕੰਪਨੀਜ਼ ਲੋਕਾਂ ਦੇ ਪੈਸੇ ਲੈ ਕੇ ਭੱਜੀਆਂ ਨੇ, ਇਹ ਕੰਪਨੀਆਂ ਗੌਰਮੈਂਟ ਆਫ ਇੰਡੀਆ ਤੋਂ ਰਜਿਸਟਰਡ ਨੇ, ਮਾਨਤਾ ਪ੍ਰਾਪਤ ਨੇ, ਤਦੀ ਲੋਕਾਂ ਨੇ ਇਹਨਾਂ 'ਚ ਪੈਸੇ ਲਗਾਏ ਆ, ਇਹਨਾਂ ਦੇ ਪੈਸੇ ਵਾਪਸ ਕਰਾਉਣੇ ਵਿਆਜ ਸਮੇਤ। ਦੂਸਰਾ, ਜਿਹੜੇ ਦੋਸ਼ੀ ਕੰਪਨੀਆਂ ਦੀਆਂ ਮੈਨੇਜਮੈਂਟਾਂ ਨੇ, ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣੀਆਂ। ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਮੁੱਦਾ ਹੈਲਥ ਦਾ, ਹੈਲਥ ਅੱਜ ਹੈਲਥ ਦੇ ਨਾਂ 'ਤੇ ਲੁੱਟ ਹੋ ਰਹੀ ਆ, ਮਾਫੀਆ ਦਾ ਕਬਜ਼ਾ ਹੈਲਥ, ਲੋਕਾਂ ਨੂੰ ਜਿਹੜੀ ਸਿਹਤ ਸਹੂਲਤਾਂ ਨੇ ਬਹੁਤ ਮਹਿੰਗੀਆਂ ਨੇ, ਸਰਕਾਰ ਸਰਕਾਰੀ ਹਸਪਤਾਲਾਂ 'ਤੇ ਧਿਆਨ ਨਹੀਂ ਦੇ ਰਹੇ, ਸਰਕਾਰੀ ਡਾਕਟਰ ਪ੍ਰਾਈਵੇਟ ਉਹ ਕਰਦੇ ਆ, ਪ੍ਰੈਕਟਿਸ ਕਰਦੇ ਆ ਅਤੇ ਲੋਕਾਂ ਦੀ ਲੁੱਟ ਮਚਾਉਂਦੇ ਆ। ਇਸੇ ਤਰ੍ਹਾਂ ਸਕੂਲਾਂ ਦਾ ਕੰਮ ਹੈ, ਸਰਕਾਰੀ ਸਕੂਲਾਂ ਦਾ ਮਿਆਰ ਬਿਲਕੁਲ ਡਾਊਨ ਆ ਚੁੱਕਿਆ, ਪ੍ਰਾਈਵੇਟ ਸਕੂਲਾਂ ਨੇ ਲੁੱਟ ਮਚਾ ਰੱਖੀ ਆ, ਮਨ ਮਰਜ਼ੀ ਦੀਆਂ ਫੀਸਾਂ ਨੇ, ਕੋਈ ਬੋਰਡ ਦਾ ਕੰਟਰੋਲ ਨਹੀਂ ਹੈਗਾ, CBSE ਦੇ ਬੋਰਡ ਦਾ ਕੋਈ ਕੰਟਰੋਲ ਨਹੀਂ, ਅਤੇ ਉਹ ਮਰਜ਼ੀ ਦੀ ਫੀਸ ਵਸੂਲਦੇ ਆ, ਨਾਲ
ਵਰਦੀਆਂ ਚੋਂ ਵੀ ਮੋਟਾ ਕਮਿਸ਼ਨ ਖਾਂਦੇ ਆ ਤੇ ਕਿਤਾਬਾਂ ਚੋਂ ਵੀ ਕਮਿਸ਼ਨ ਖਾਂਦੇ ਆ ਤੇ ਗਰੀਬ ਬੱਚੇ ਨੂੰ ਆਪਣੇ ਬੱਚਿਆਂ ਗਰੀਬ ਮਾਪਿਆਂ ਨੂੰ ਆਪਣੇ ਬੱਚੇ ਪੜ੍ਹਾਉਣੇ ਮੁਸ਼ਕਲ ਹੋਏ ਆ, ਜਾਇਦਾਦਾਂ ਘਰ ਵੇਚ ਕੇ ਉਹ ਜਵਾਕ ਪੜ੍ਹਾ ਰਹੇ ਆ ਆਪਣੇ ਬੱਚਿਆਂ ਦੇ ਭਵਿੱਖ ਲਈ। ਔਰ ਚੌਥਾ, ਹਾਂਜੀ, ਹਾਂ ਇਹ ਬਹੁਤ ਵੱਡਾ ਇਸ਼ੂ ਤੁਸੀਂ ਚੱਕਿਆ। ਦੇਖੋ, ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ, ਕਿਸਾਨ ਮਜ਼ਦੂਰ ਔਰ ਬੇਰੁਜ਼ਗਾਰੀ ਮਹਿੰਗਾਈ ਵਧੀ ਹੋਈ ਆ, ਇਹਦਾ ਕਾਰਨ ਹੀ ਇੱਥੇ ਆ। ਜਿਹੜੀ ਸਾਡੀ ਇਲੈਕਸ਼ਨ ਪ੍ਰਣਾਲੀ ਆ ਬਹੁਤ ਮਹਿੰਗੀ ਆ। ਅਸੀਂ ਇੱਕ ਇਹੋ ਜਿਹਾ ਨੀਂਹ ਪੱਥਰ ਕੱਢਣ ਜਾ ਰਹੇ ਹਾਂ ਕਿ ਰਜਵਾੜਿਆਂ ਦੇ ਖਿਲਾਫ ਆਮ ਲੋਕ ਲੜਨ ਜਾ ਰਹੇ ਆ। ਅਸੀਂ ਪੈਸੇ ਦੇ ਸਿਰ 'ਤੇ ਨਹੀਂ, ਲੋਕਾਂ ਦੇ ਸਿਰ 'ਤੇ ਚੋਣ ਲੜਨ ਜਾ ਰਹੇ ਹਾਂ। ਲੋਕ ਹੀ ਸਾਡਾ ਧਨ ਨੇ, ਲੋਕ ਹੀ ਸਾਡਾ ਮਨ ਹੈ, ਉਹੀ ਤਨੋ ਮਨੋ ਤੁਹਾਨੂੰ ਇਹ ਲੋਕ ਸਾਨੂੰ ਸਾਥ ਦੇ ਰਹੇ ਨੇ। ਅਸੀਂ ਨਾ ਦਾਰੂਆਂ ਪਿਆਉਣੀਆਂ ਨੇ, ਨਾ ਭੁੱਕੀਆਂ ਵੰਡਣੀਆਂ ਨੇ, ਨਾ ਨਜਾਇਜ਼ ਪੈਸੇ ਖਰਚ ਕਰਨੇ ਆ ਰੈਲੀਆਂ 'ਤੇ। ਅਸੀਂ ਆਪਦੀ ਗੱਲ ਨੂੰ ਲੋਕਾਂ 'ਚ ਲੈ ਕੇ ਜਾਣੀ ਹੈ। ਇਸ ਕਰਕੇ ਅਸੀਂ ਜਨਤਾ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ, ਜਿੰਨਾ ਚਿਰ ਤੁਸੀਂ ਇਲੈਕਸ਼ਨ ਨੂੰ ਸਸਤਾ ਨਹੀਂ ਕਰਦੇ ਉਨਾ ਚਿਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ। ਕਿਉਂ? ਗਰੀਬ ਬੰਦਾ, ਵਧੀਆ ਬੰਦਾ ਇਲੈਕਸ਼ਨ ਸਿਸਟਮ 'ਚ ਆਉਂਦਾ ਨਹੀਂ ਕਿਉਂਕਿ ਇੱਥੇ ਪੈਸਾ ਜ਼ਿਆਦਾ ਲੱਗਦਾ। ਪਰ ਪੈਸੇ ਵਾਲਾ ਇੱਥੇ 2 ਕਰੋੜ, 10 ਕਰੋੜ, 20 ਕਰੋੜ ਇਨਵੈਸਟਮੈਂਟ ਕਰਦਾ, ਉਦੋਂ ਬਾਅਦ ਅਰਬਾਂ 'ਚ ਕਮਾਉਂਦਾ। ਅਸੀਂ ਉਹ ਲੀਹ ਨੂੰ ਤੋੜਨ ਜਾ ਰਹੇ ਹਾਂ। ਆਮ ਲੋਕਾਂ ਨੂੰ ਘੱਟ ਖਰਚੇ 'ਤੇ ਅਸੀਂ ਇਲੈਕਸ਼ਨ ਲੜਾਂਗੇ। ਯੂਪੀ, ਝਾਰਖੰਡ, ਬਿਹਾਰ। ਫਿਲਹਾਲ ਸਾਡੇ ਇਹ ਆ, ਆਉਣ ਵਾਲੇ ਦਿਨਾਂ 'ਚ ਸਾਨੂੰ ਉਮੀਦ ਆ ਹਰਿਆਣਾ, ਹਿਮਾਚਲ, ਜੰਮੂ, ਇੱਥੋਂ ਵੀ ਕੈਂਡੀਡੇਟ ਸਾਡੇ, ਕਿਉਂਕਿ ਸਾਡਾ ਜਥੇਬੰਦਕ ਢਾਂਚਾ 20 ਸਟੇਟਾਂ ਦੇ ਵਿੱਚ ਆ। 30 ਸਟੇਟਾਂ 'ਚ ਸਾਡੀ ਪਾਰਟੀ ਕੰਮ ਕਰ ਰਹੀ ਆ। ਜਿੱਥੇ ਜਿੱਥੇ ਸਾਨੂੰ ਜੋ ਕੈਂਡੀਡੇਟ ਮਿਲਦੇ ਆ ਉੱਥੇ ਉੱਥੇ ਅਸੀਂ ਲੜਾਂਗੇ। ਥੈਂਕ ਯੂ। ਪ੍ਰਦਰਸ਼ਨ ਕੀਤਾ ਤੇ ਗਿਆਨ ਸਾਗਰ ਦੇ ਸਾਹਮਣੇ ਧਰਨਾ ਲਾਇਆ। ਉੱਥੇ 7 ਮਈ ਬੈਠਿਆਂ ਨੂੰ ਯੂਨੀਅਨ ਦੀ ਸਾਰੀ ਜਿੰਨੇ ਮੈਂਬਰ ਸੀ ਪੁਲਿਸ ਨੇ ਲਾਠੀਚਾਰਜ ਕਰਕੇ ਉਹਨਾਂ ਨੂੰ ਫੜ ਲਿਆ। ਤੇ ਇੱਕ ਉਹ ਧਾਰਾ ਜਿਹੜੀ ਜੁਰਮਾਨਾ ਧਾਰਾ ਹੁੰਦੀ ਹੈ 452 ਤੇ ਹੋਰ ਧਾਰਾ ਲਾ ਕੇ ਜੇਲ੍ਹ 'ਚ ਬੰਦ ਕਰ ਦਿੱਤਾ, ਜੋ ਕਿ ਜਰਾਸਰ ਧੱਕਾ ਸੀਗਾ। ਅਸੀਂ ਅੱਜ ਉਹ ਪਰਚਾ ਰੱਦ ਕਰਵਾਉਣ ਤੇ ਗਿਆਨ ਸਾਗਰ ਤੇ ਹੋਰ ਭੁੱਖੀਆਂ ਜੋ PSEL ਦੇ ਪੈਸੇ ਨਾਲ ਪਰਲ ਦੀ ਮੈਨੇਜਮੈਂਟ ਨੇ ਖਰੀਦੀਆਂ ਨੇ ਉਹਨਾਂ ਨੂੰ ਅਟੈਚ ਕਰਾਉਣ ਦੀ ਮੰਗ ਕਰਨ, ਕਿਉਂਕਿ 2 ਫਰਵਰੀ ਨੂੰ 16 'ਚ ਡਿਸੀਜਨ ਆ ਗਿਆ ਸੁਪਰੀਮ ਕੋਰਟ ਦਾ ਕਿ ਲੋਕਾਂ ਦੇ ਪੈਸੇ ਮੋੜ ਲਈ ਉਹਨਾਂ ਦੀਆਂ ਪ੍ਰੋਪਰਟੀਆਂ ਵੇਚੀਆਂ ਜਾਣ। ਇੱਕ ਇਹ ਮੰਗ ਲਾਗੂ ਕਰਵਾਉਣ ਤੇ ਇੱਕ ਜਿੰਨੀਆਂ ਪ੍ਰੋਪਰਟੀਆਂ ਹੈਗੀਆਂ ਨੇ ਉਹ ਤੇ ਕਾਗਜ਼ ਗੁੰਡੇ ਨਿਰਮਲ ਸਿੰਘ ਭੰਗੂ ਦੀ ਜੁੰਡਲੀ ਉਹਨਾਂ ਨੂੰ ਖਦੇੜ ਕੇ ਜਿੰਨੀ ਉਹ ਪ੍ਰੋਪਰਟੀ ਦੀ ਕਮਾਈ ਆਉਂਦੀ ਹੈ ਦਫ਼ਾ 145 ਲਾ ਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਣ ਤਾਂ ਕਿ ਲੋਕਾਂ ਦਾ ਪੈਸਾ ਮੋੜ ਲਈ ਪੈਸਾ ਆ ਜਾਵੇ। ਅਤੇ ਤੀਜੀ ਮੰਗ ਸਾਡੀ ਇਹ ਆ ਕਿ ਜਿੰਨੇ ਪਰਚੇ ਸਾਡੇ 'ਤੇ ਹੋਏ ਆ ਉਹ ਰੱਦ ਹੋਣ ਅਤੇ ਜੋ ਇਲੈਕਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 25 ਲੱਖ ਪੀੜਿਤ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਜਥੇਬੰਦੀ ਨਾਲ ਅਤੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਮੇਰੀ ਸਰਕਾਰ ਆਉਂਦੀ ਆ ਤਾਂ ਮੈਂ ਲੋਕਾਂ ਦਾ ਪੈਸਾ ਮੋੜੂੰਗਾ ਅਤੇ ਉਸ 'ਤੇ ਕਾਰਵਾਈ ਸ਼ੁਰੂ ਕਰੇ। ਇਹ ਅਸੀਂ ਅੱਜ ਮੰਗ ਪੱਤਰ ਲੈ ਕੇ ਪੂਰੀ ਜਥੇਬੰਦੀ ਪੰਜਾਬ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਅਤੇ ਅੱਜ ਅਸੀਂ ਮਹਾਰਾਜਾ ਸਾਹਿਬ ਦੇ ਮਹਿਲਾਂ 'ਚ ਜਾ ਰਹੇ ਸੀ, ਪ੍ਰਸ਼ਾਸਨ ਨੇ ਸਾਨੂੰ ਰੋਕਿਆ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਅੰਦਰ ਜਾ ਕੇ ਉਹਨਾਂ ਦੀ ਫੈਮਿਲੀ 'ਚੋਂ ਉਹਨਾਂ ਦੀ ਵਾਈਫ ਮੈਡਮ ਪਰਨੀਤ ਕੌਰ, ਉਹਨਾਂ ਦਾ ਬੇਟਾ ਜਾਂ ਮੌਜੂਦਾ ਕੋਈ ਵੀ ਮੰਤਰੀ ਸਾਨੂੰ ਮਿਲਦਾ ਤਾਂ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਤਾਂ ਅਸੀਂ ਆਪਣਾ ਧਰਨਾ ਚਾਹੁੰਦੇ। ਅਸੀਂ ਇਹ ਸੰਘਰਸ਼ ਪਿਛਲੇ 2.5 ਸਾਲ ਤੋਂ ਕਰ ਰਹੇ ਹਾਂ ਤੇ ਫਿਰ ਕੋਈ ਹੋਰ ਰੂਪਰੇਖਾ ਲੈ ਕੇ ਸੰਘਰਸ਼ ਜਾਰੀ ਰੱਖਿਆ।
तो साथियों इस वीडियो में बस इतना ही। अगर अभी तक हमारे चैनल को सब्सक्राइब नहीं किया है तो नीचे दिख रहे आइकॉन पर क्लिक करके सब्सक्राइब कर लें और बेल आइकॉन को भी दबा लें ताकि PACL और अन्य चिटफंड कंपनी से जुड़ी जानकारी आप लोगों को मिलती रहे।